ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਬੀਬੀਪੁਰਾ ਵਿਖੇ ਸਿਰਫ SDM ਦਫ਼ਤਰ ਬਣੇਗਾ। MLA ਸੁਖਪਾਲ ਸਿੰਘ ਭੁੱਲਰ। ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਕਸਬਾ ਭਿੱਖੀਵਿੰਡ ਦੇ ਮੇਨ ਚੌਂਕ ਵਿੱਚ ਸਬ ਡਿਵੀਜ਼ਨ ਨੂੰ ਲੈ ਕੇ ਧਰਨਾ ਲਾਇਆ ਗਿਆ ਸੀ। ਉਸ ਗੱਲ ਨੂੰ ਲੈ ਕੇ ਮੈਨੂੰ ਕਾਫ਼ੀ ਦੁੱਖ ਪੁੱਜਾ ਹੈ ਕਿ ਚੰਦ ਕੁ ਲੋਕਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਦੁਕਾਨਾਂ ਨੂੰ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਝੂਠੀ ਅਫਵਾਹ ਫੈਲਾਈ ਸੀ ਕਿ ਤਹਿਸੀਲ ਦਫ਼ਤਰ ਤੇ DSP ਦਫ਼ਤਰ ਨੂੰ ਪਿੰਡ ਡਿੱਬੀਪੁਰਾ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹੈ ਕਿ ਜਦੋਂ ਅਕਾਲੀ ਸਰਕਾਰ ਜਾਂਦੇ ਜਾਂਦੇ ਨੋਟੀਫਿਕੇਸ਼ਨ ਕਰ ਗਈ ਸੀ ਕਿ ਕੁਝ ਪਿੰਡਾਂ ਨੂੰ ਸਬ ਡਿਵੀਜ਼ਨ ਦਾ ਦਰਜਾ ਮਿਲਿਆ ਸੀ, ਜਦੋਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਮੇਰੇ ਧਿਆਨ ਵਿੱਚ ਆਇਆ ਕਿ ਇਹ ਸਬ ਡਿਵੀਜ਼ਨ ਵਿੱਚ ਕੁਝ ਚੰਦ ਪਿੰਡ ਪਏ ਹਨ, ਜਦਕਿ ਖੇਮਕਰਨ ਤਹਿਸੀਲ ਦਾ ਕੋਈ ਵੀ ਪਿੰਡ ਇਸ ਸਬ ਡਿਵੀਜ਼ਨ ਵਿੱਚ ਨਹੀਂ ਪਿਆ। ਉਹਨਾਂ ਇਹ ਵੀ ਕਿਹਾ ਕਿ ਕੁਝ ਪਿੰਡ ਭਿੱਖੀਵਿੰਡ 'ਚ ਨਵੇਂ ਹਨ, ਉਹ ਵੀ ਇਸ 'ਚ ਨਹੀਂ ਪਏ। ਉਹਨਾਂ ਇਹ ਵੀ ਕਿਹਾ ਕਿ ਇਸ ਚੀਜ਼ ਦਾ ਰੋਸ ਆਇਆ ਹੈ ਕਿ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜਿਹੜੀ ਵੀ ਸਬ ਡਿਵੀਜ਼ਨ ਬਣ ਰਹੀ ਹੈ ਉਹ ਦੋਵੇਂ ਤਹਿਸੀਲਾਂ ਭਿੱਖੀਵਿੰਡ ਅਤੇ ਖੇਮਕਰਨ ਨੂੰ ਮੁੱਖ ਰੱਖ ਕੇ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੀ ਭਿੱਖੀਵਿੰਡ ਦੀ ਸਬ ਡਿਵੀਜ਼ਨ ਨੂੰ ਅਤੇ ਖੇਮਕਰਨ ਦੀ ਸਬ ਤਹਿਸੀਲ ਨੂੰ ਮਿਲਾ ਕੇ ਸਬ ਡਿਵੀਜ਼ਨ ਬਣੇ, ਪਰ ਮੈਨੂੰ ਪਤਾ ਲੱਗਿਆ ਹੈ ਕਿ ਭਿੱਖੀਵਿੰਡ ਦੇ ਲੱਗੇ ਧਰਨੇ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਇੱਥੋਂ ਤਹਿਸੀਲ ਦਫ਼ਤਰ, DSP ਦਫ਼ਤਰ, BDPO ਦਫ਼ਤਰ, CDPO ਦਫ਼ਤਰ ਸਾਰੇ ਹੀ ਪਿੰਡ ਡਿੱਬੀਪੁਰਾ ਵਿਖੇ ਲੈ ਜਾਣੇ ਹਨ। ਇਸ ਮੌਕੇ ਹਲਕਾ ਵਿਧਾਇਕ ਸੁਖਪਾਲ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦਫ਼ਤਰ ਭਿੱਖੀਵਿੰਡ ਤੋਂ ਬਦਲ ਕੇ ਨਹੀਂ ਜਾਵੇਗਾ, ਭਾਵੇਂ ਕਿ ਉਹ ਤਹਿਸੀਲ ਦਫ਼ਤਰ ਹੋਵੇ, DSP ਦਫ਼ਤਰ ਹੋਵੇ, BDPO ਦਫ਼ਤਰ ਹੋਵੇ ਜਾਂ ਕੋਈ ਵੀ ਦਫ਼ਤਰ ਭਿੱਖੀਵਿੰਡ ਤੋਂ ਬਦਲ ਕੇ ਡਿੱਬੀਪੁਰਾ ਵਿਖੇ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਮੇਰੇ ਵਾਸਤੇ ਦੋਵੇਂ ਤਹਿਸੀਲਾਂ ਦੇ ਲੋਕ ਮੇਰੇ ਆਪਣੇ ਹਨ ਅਤੇ ਦੋਵਾਂ ਤਹਿਸੀਲਾਂ ਦੇ ਪਿੰਡ ਵੀ ਮੇਰੇ ਬਰਾਬਰ ਹਨ। ਉਹਨਾਂ ਕਿਹਾ ਕਿ ਸਿਰਫ SDM ਦਫ਼ਤਰ ਬਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ, ਲੋਕਾਂ ਦੇ ਕੰਮਕਾਰ ਹੋਰ ਸੁਖਾਲੇ ਹੋ ਸਕਣ, ਇਸ ਲਈ ਸਿਰਫ SDM ਦਫ਼ਤਰ ਨੂੰ ਡਿੱਬੀਪੁਰਾ ਵਿਖੇ ਬਣਾਇਆ ਜਾਵੇਗਾ। ਪਿਛਲੇ ਦਿਨੀ ਜਿਹੜਾ ਸਬ ਡਿਵੀਜ਼ਨ ਨੂੰ ਲੈ ਕੇ ਭਿੱਖੀਵਿੰਡ ਵਿੱਚ ਧਰਨਾ ਲੱਗਾ, ਉਸ ਗੱਲ ਨੂੰ ਲੈ ਕੇ ਮੇਰਾ ਕਾਫ਼ੀ ਇਸ ਚੀਜ਼ ਦਾ ਮੈਨੂੰ ਦੁੱਖ ਮਹਿਸੂਸ ਹੋਇਆ ਵੀ ਚੰਦ ਲੋਕ ਜਿਹੜੇ ਆ ਉਹ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਨੂੰ ਪੁੱਠੀ ਗੱਲ ਦੱਸ ਕੇ ਅਤੇ ਉਹ ਗੁੰਮਰਾਹ ਕਰਕੇ ਦੁਕਾਨਦਾਰਾਂ ਨੂੰ ਉੱਥੇ ਇੱਕ ਧਰਨਾ ਪ੍ਰਦਰਸ਼ਨ ਉਹਨਾਂ ਨੇ ਕੀਤਾ ਵੀ ਜਿਹਦੇ ਵਿੱਚ ਵੀ ਸਾਡੀ ਜਿਹੜੀ ਤਹਿਸੀਲ ਦਾ ਦਫ਼ਤਰ ਆ ਉਹ ਇੱਥੋਂ ਸ਼ਿਫਟ ਹੋ ਰਿਹਾ। ਮੈਂ ਅੱਗੇ ਵੀ ਔਰ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸੰਬੰਧਾਂ ਨੇ ਲੋਕਾਂ ਦੇ ਧਿਆਨ 'ਚ ਗੱਲ ਲਿਆਂਦੀ ਔਰ ਅੱਜ ਵੀ ਮੈਂ ਪ੍ਰੈਸ ਦੇ ਰਾਹੀਂ ਇਹ ਗੱਲ ਤੁਹਾਡੇ ਰਾਹੀਂ ਸਾਰੇ ਹਲਕੇ ਦੇ ਵਿੱਚ ਦੱਸਣਾ ਚਾਹੁੰਦਾ ਵੀ ਜਦੋਂ ਪਿਛਲੀ ਸਰਕਾਰ ਦਸੰਬਰ ਦੇ ਵਿੱਚ ਕਾਹਲੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕਰਕੇ ਗਈ ਜਿਹਦੇ ਵਿੱਚ ਭਿੱਖੀਵਿੰਡ ਦੇ ਚੰਦ ਪਿੰਡਾਂ ਦੀ ਇੱਕ ਸਬ ਡਿਵੀਜ਼ਨ ਦਾ ਉਹਨੂੰ ਦਰਜਾ ਮਿਲਿਆ, ਔਰ ਉਸ ਤੋਂ ਬਾਅਦ ਜਦੋਂ ਆਪਣੀ ਕਾਂਗਰਸ ਦੀ ਸਰਕਾਰ ਬਣੀ, ਕੈਪਟਨ ਸਾਹਿਬ ਨੇ ਰਾਜਭਾਗ ਸੰਭਾਲਿਆ ਔਰ ਮੇਰੇ ਗੱਲ 'ਚ ਧਿਆਨ ਆਈ ਵੀ ਉਹਦੇ ਵਿੱਚ ਜਿਹੜੇ ਚੰਦ ਪਿੰਡ ਸਿਰਫ ਭਿੱਖੀਵਿੰਡ ਦੇ ਪਏ ਆ ਅਤੇ ਜਿਹੜਾ ਖੇਮਕਰਨ ਜਿਹੜੀ ਸਾਡੀ ਹੈਗੀ ਆ ਤਹਿਸੀਲ ਉਹਦਾ ਵਿੱਚ ਉਹਦੇ 'ਚ ਕੋਈ ਪਿੰਡ ਨਹੀਂ ਪਿਆ ਔਰ ਭਿੱਖੀਵਿੰਡ ਦੇ ਜਿਹੜੇ ਨਵੇਂ ਪਿੰਡ ਆ ਉਹ ਵੀ ਵਿੱਚ ਰਹਿੰਦੇ ਪੈਣ। ਸੋ ਇਸ ਚੀਜ਼ ਦਾ ਰੋਸ ਜਿਹੜਾ ਵਾ ਹਲਕੇ ਦੇ ਵਿੱਚ ਆਇਆ ਵੀ ਸਾਡੇ ਨਾਲ ਇਹ ਇਨਸਾਫ ਨਹੀਂ ਹੋ ਰਿਹਾ, ਜਿਹੜੀ ਕੋਈ ਚੀਜ਼ ਬਣ ਰਹੀ ਆ ਉਹ ਹਲਕੇ ਦੇ ਦੋ ਸਬ ਤਹਿਸੀਲਾਂ ਨੂੰ ਮੁੱਖ ਰੱਖ ਕੇ ਬਣਾਉਣੀ ਚਾਹੀਦੀ। ਸੋ ਮੈਂ ਇਹ ਗੱਲ ਨੂੰ ਉੱਪਰ ਚੁੱਕ ਕੇ ਅਤੇ ਉਹਨੂੰ ਦਰੁਸਤ ਕਰਨ ਦੀ ਜਿਹੜਾ ਉਪਰਾਲਾ ਕੀਤਾ ਵਾ ਵੀ ਸਾਡੀ ਜਿਹੜੀ ਭਿੱਖੀਵਿੰਡ ਦੀ ਸਬ ਤਹਿਸੀਲ ਅਤੇ ਸਾਡੀ ਜਿਹੜੀ ਹੈਗੀ ਆ ਖੇਮਕਰਨ ਦੀ ਸਬ ਤਹਿਸੀਲ ਨੂੰ ਦੋਨੋਂ ਮਿਲਾ ਕੇ
ਜਿੰਨੇ ਸਾਡੇ ਪਿੰਡ ਪੀਂਦੇ ਉਹਦੀ ਇੱਕ ਸਬ ਡਿਵੀਜ਼ਨ ਬਣੇ। ਪਰ ਉਹ ਜਦੋਂ ਧਰਨੇ ਦੇ ਵਿੱਚ ਪਤਾ ਲੱਗਾ ਵੀ ਕੁਛ ਸ਼ਰਾਰਤੀ ਅੰਸਰ ਜਿਹੜੇ ਹਮੇਸ਼ਾ ਹੀ ਉਹਨਾਂ ਨੇ ਹਰ ਕੰਮ ਦੇ ਵਿੱਚ ਲਾਦਣ ਆਉਣੀ ਹੁੰਦੀ ਆ, ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ, ਅਤੇ ਉਹ ਧਰਨੇ ਦੇ ਵਿੱਚ ਸਾਰੇ ਜਣੇ ਆ ਕੇ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਸ਼ਿਸ਼ ਕੀਤੀ ਵੀ ਸਾਡਾ ਜਿਹੜਾ ਹੈਗਾ ਵਾ ਅਸੀਂ ਤਹਿਸੀਲ ਦਾ ਦਫ਼ਤਰ ਵੀ ਇੱਥੋਂ ਲੈ ਜਾਣਾ, BDO ਦਾ ਦਫ਼ਤਰ ਵੀ ਲੈ ਜਾਣਾ ਵਾ, DSP ਦਾ ਵੀ ਲੈ ਜਾਣਾ, CDPO ਦਾ ਵੀ ਲੈ ਜਾਣਾ। ਜਾਂ ਤੁਹਾਡੇ ਰਾਹੀਂ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਭਿੱਖੇੜ ਨੂੰ ਜਿੰਨੇ ਵੀ ਮੌਜੂਦਾ ਦਫ਼ਤਰ ਹੈ, ਜਿੰਨੇ ਵੀ ਡਿਪਾਰਟਮੈਂਟ ਦੇ, ਉਹਨਾਂ ਦੇ ਵਿੱਚੋਂ ਕੋਈ ਨਹੀਂ ਬਦਲਿਆ ਜਾ ਰਿਹਾ, ਉਹ ਸਾਰੇ ਦੇ ਸਾਰੇ ਉੱਥੇ ਹੀ ਰਹਿ ਰਹੇ। ਜੇ ਇਹਨੂੰ ਆਪਾਂ ਇੱਕ ਬਤੌਰ MLA ਮੈਂ ਸੋਚਿਆ ਤਾਂ ਮੇਰੇ ਵਾਸਤੇ ਇਹ ਦੋਵੇਂ ਤਹਿਸੀਲਾਂ ਦੇ ਜਿਹੜੇ ਸਾਡੇ ਲੋਕ ਆ ਉਹ ਮੇਰੇ ਆਪਣੇ ਆ, ਕੋਈ ਨਿੱਜੀ ਕਿਸੇ ਨੂੰ ਹੋ ਸਕਦਾ ਵੀ ਮੈਂ ਭਿੱਖੀ ਵੰਡ ਰਹਿੰਦਾ, ਕਿਸੇ ਨੂੰ ਹੋ ਸਕਦਾ ਮੈਂ ਖੇਮ ਕਰ ਰਹਿੰਦਾ, ਪਰ ਮੇਰੇ ਵਾਸਤੇ ਦੋ ਤਹਿਸੀਲਾਂ ਦੇ ਸਾਰੇ ਜਿਹੜੇ ਪਿੰਡ ਆ ਉਹ ਬਰਾਬਰ ਆ। ਇੱਥੇ ਇੱਕ ਬਣਾਉਣ ਦਾ ਮੁੱਖ ਕਾਰਨ ਆ ਵੀ ਲੋਕਾਂ ਨੂੰ ਇਨਸਾਫ ਜਿਹੜਾ ਉਹ ਮਿਲ ਸਕੇ, ਲੋਕਾਂ ਦੇ ਕੰਮ ਕਾਰ ਜਿਹੜੇ ਹੋਰ ਸੁਖਾਲੇ ਹੋ ਸਕਣ, ਨਹੀਂ ਤਾਂ ਕੁਛ ਪਿੰਡਾਂ ਦੇ ਲੋਕਾਂ ਦੇ ਜਿਹੜੇ ਕੰਮ ਆ ਉਹ ਪੱਟੀ ਜਾ ਕੇ ਹੋਇਆ ਕਰਨਗੇ ਅਤੇ ਕੁਛ ਲੋਕਾਂ ਦੇ ਕੰਮ ਜਿਹੜੇ ਭਿੱਖੀ ਵੰਡ ਹੋਇਆ ਕਰਨਗੇ, ਜਿਹਦੇ ਵਿੱਚ ਬੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਸੋ ਮੇਰੀ ਅਪੀਲ ਆ, ਬੇਨਤੀ ਆ ਸਮੁੱਚੇ ਹਲਕੇ ਦੇ ਲੋਕਾਂ ਨੂੰ ਵੀ ਲੋਕਾਂ ਦੀਆਂ ਗੱਲਾਂ 'ਚ ਗੁੰਮਰਾਹ ਆਪਾਂ ਨੂੰ ਹੋਣ ਦੀ ਲੋੜ ਨਹੀਂ। ਜਿਹੜੇ SDM ਦੇ ਜਿਹੜੇ ਕੰਮ ਕਰਾਉਣ ਨੂੰ ਆਪਾਂ ਨੂੰ ਜਾਣਾ ਪੈਂਦਾ ਸੀ ਉੱਥੇ ਪੱਟੀ, ਉਹ ਜਿਹੜੇ ਆ ਉਹ ਸਿਰਫ ਅਤੇ ਸਿਰਫ ਇੱਥੇ ਆਪਾਂ ਜਿਹੜੀ ਆ ਉਹ ਸਬ ਡਿਵੀਜ਼ਨ ਇੱਥੇ ਆਪਾਂ ਬਣਾ ਰਹੇ। ਇੱਕ ਸਰ ਉਹਦੇ ਵਿੱਚ ਨਾ ਮੁੱਦਾ ਹੋਰ ਚੁੱਕਿਆ ਗਿਆ ਸੀਗਾ ਵੀ ਜਿਹੜੇ ਆ MLA ਸਾਹਿਬ ਵੱਲੋਂ 5 ਕਿੱਲੇ ਜ਼ਮੀਨ ਲਈ ਗਈ ਹੈ, ਜਿਹੜਾ ਉਹਦਾ ਰੇਟ ਵਧਾਉਣ ਲਈ ਜਿਹੜਾ ਉੱਥੇ ਸਬ ਡਿਵੀਜ਼ਨ ਬਣਾਈ ਜਾ ਰਹੀ ਹੈ ਜਾਂ ਤਹਿਸੀਲ, ਉਹਦੇ ਬਾਰੇ ਸਰ ਕੀ ਮਾੜਾ ਜਿਹਾ ਚਾਨਣਾ ਪਾਓ? ਇਹ ਤਾਂ ਨਾ ਜੀ ਦੇਖੋ, ਇਲਜ਼ਾਮ ਤਾਂ ਜਿੰਨੇ ਮਰਜ਼ੀ ਲਾਈ ਜਾਓ ਜਾਂ ਜੋ ਮਰਜ਼ੀ ਕਰੀ ਜਾਓ, ਪਹਿਲੀ ਗੱਲ ਤਾਂ ਇਹ ਆ ਵੀ ਸਰਕਾਰ ਦੇ ਕੋਲ ਕੋਈ ਮਾਲੀ ਹਾਲਤ ਇੰਨੀ ਨਹੀਂ ਹੈਗੀ ਵੀ ਕਰੋੜਾਂ ਰੁਪਈਆਂ ਦੀ ਜ਼ਮੀਨ ਅਕੁਆਇਰ ਕਰਕੇ ਅਤੇ ਫਿਰ ਉੱਥੇ ਸਬ ਡਿਵੀਜ਼ਨ ਬਣੇ। ਸੋ ਇਹ ਤਾਂ ਜਿਹੜੇ ਪਿੰਡ ਦੀ ਕੋਈ ਮੁਫ਼ਤ ਦੇ ਵਿੱਚ ਜਿਹੜੀ ਜ਼ਮੀਨ ਕੋਈ ਪੰਚਾਇਤ ਦੀ ਜਿੱਥੇ ਮਿਲੂਗੀ ਉੱਥੇ ਬਿਲਡਿੰਗ ਅਤੇ ਉੱਥੇ ਸਾਰਾ ਦਫ਼ਤਰ ਬਣਨਾ, ਕਿਸੇ ਦਾ ਇੱਥੇ ਕੋਈ ਉਹ ਹੈ ਨਹੀਂ ਗਾ। ਅਤੇ ਮੈਨੂੰ ਆ 5 ਕਿੱਲੇ ਲੈਣ ਜਾਂ ਦੂਜੇ ਦਿਨ 'ਤੇ ਮੇਰੇ 'ਤੇ ਅੱਗੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ। ਸੋ ਇਹੋ ਜਿਹੇ ਕੰਮਾਂ ਦੇ ਵਿੱਚ ਨਾ ਪੈਣ ਦੀ ਲੋੜ ਹੈ ਅਤੇ ਨਾ ਕੁਛ ਕਰਨ ਦੀ ਲੋੜ ਹੈ, ਬੇਤੁਕੀਆਂ ਗੱਲਾਂ ਦਾ ਕੋਈ ਮਤਲਬ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।